वैसे तो मैं कुड़ियों के चक्करां च पैंदा नहीं, पर तू थोड़ी डिफरेंट है। वैसे मैं भी मुंडियों के चक्करां च पैंदी नहीं, तेरे बारे सोचा जा सकता। साड़ी पूरी टीम ने बहुत मेहनत की आ, और गाने तो बाद फिल्म करनी मुश्किल है, क्योंकि एक्टिंग बहुत कम मेरे लिए, तो मेरे वर्गे मुंडे लिए बहुत मुश्किल काम है ना। सारे यू नो फिल्म च फ्रैश फेसिस हाँ, आई मीन तनु ने काम किया होया पहला, पर एज अ टीम फिल्म मेकिंग टीम असी सारे ने कट्ठे ने पहली बार काम किया, सो बहुत बहुत वधिया लग्या। यू नो थोड़ू सारे नु नवा कॉन्सेप्ट, नवी लोकेशंस, नवी टीम। जिहड़ी इह फिल्म आ लोकां दे लई, इस फिल्म दे विच की खास रहण वाला, लोक इस फिल्म नु क्यों देखण लई जाण? ਮੈਨੂੰ ਤਾਂ ਇੱਦਾਂ ਲੱਗਿਆ ਵੀ ਇਟ ਵਿਲ ਬੀ ਅ ਗੁੱਡ ਵੇ ਵੀ ਪੰਜਾਬ ਦੇ ਬੱਚਿਆਂ ਨੂੰ ਵੀ ਪਤਾ ਲੱਗੂ ਵੀ ਅਸੀਂ ਕੀ ਕਰਦੇ ਹਾਂ ਬਾਹਰ, ਹੈ ਨਾ। ਮੈਂ ਤਾਂ ਰੱਬ ਦਾ ਸ਼ੁਕਰਗੁਜ਼ਾਰੀ ਅਦਾ ਕਰਦਾ ਕਿ ਮੈਨੂੰ ਇੰਨੀ ਵਧੀਆ ਟੀਮ ਨਾਲ ਮੌਕਾ ਮਿਲਿਆ, ਮੇਰੀ ਸ਼ੁਰੂਆਤ ਇੰਨੀ ਵਧੀਆ ਟੀਮ ਨਾਲ ਹੋ ਰਹੀ ਹੈ। ਮੰਨਿਆ ਅੱਜ ਖੋਟੇ ਸਿੱਕੇ ਹਾਂ, ਕੱਲ੍ਹ ਸੋਨੇ ਦੇ ਵਿੱਚ ਢਲ ਜਾਣਾ, ਬੇਦਿਲ ਤਾਂ ਬੱਲੀਏ ਜਾਦੂ ਹੈ, ਜਾਦੂ ਨੇ ਇੱਕ ਦਿਨ ਚੱਲ ਜਾਣਾ। ਸਾਰਾ ਕੁਛ ਰਿਐਲਿਟੀ ਦੇ ਨਾਲ ਰਿਲੇਟਡ ਆ, ਐਵਰੀਬਡੀ ਇਹਦੇ ਨਾਲ ਰਿਲੇਟ ਕਰ ਸਕਣਗੇ ਅਤੇ ਕੁਛ ਨਾ ਕੁਛ ਸਿੱਖ ਕੇ ਜਾਣਗੇ ਫਿਲਮ 'ਚੋਂ। ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ, ਮੈਂ ਹਾਂ ਸੁਖ ਦੁਲੇ। 4 ਅਗਸਤ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜੀ ਮੁੰਡਾ ਸਾਊਥ ਹਾਲ ਦਾ, ਪਰ ਮੁੰਡਾ ਪੰਜਾਬ ਦਾ ਹੀ ਹੈ, ਫਿਲਮ ਦੇ ਵਿੱਚ ਸਾਊਥ ਹਾਲ ਦਾ ਬਣਿਆ। ਮੇਰੇ ਨਾਲ ਹੋਣਗੇ ਜੀ ਅਰਮਾਨ ਬੇਦਲ, ਪ੍ਰੀਤ ਔਜਲਾ ਮੈਮ ਅਤੇ ਤਨੂ ਗਰੇਵਾਲ ਜੀ। ਤੁਸੀਂ ਇਹਨਾਂ ਦਾ ਕੰਮ ਆਲਰੇਡੀ ਬਹੁਤ ਸਾਰੇ ਗੀਤਾਂ ਦੇ ਵਿੱਚ ਅਤੇ ਫਿਲਮਾਂ ਦੇ ਵਿੱਚ ਦੇਖ ਚੁੱਕੇ ਹੋ। ਅਰਮਾਨ ਵੀਰੇ ਦੀ ਪਹਿਲੀ ਫਿਲਮ ਹੈ ਅਤੇ ਫਿਲਮ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਵੀਰੇ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਹੈ ਜੀ, ਤੁਹਾਡੀ ਪਹਿਲੀ ਫਿਲਮ ਆ ਰਹੀ ਆ, ਔਰ ਜਿਵੇਂ ਗਾਣਿਆਂ ਨੂੰ ਪਿਆਰ ਮਿਲਿਆ ਉਸੇ ਤਰੀਕੇ ਨਾਲ ਇਸ ਫਿਲਮ ਨੂੰ ਪਿਆਰ ਮਿਲੇ, ਇਹ ਸਾਡੀ ਅਰਦਾਸ ਹੈ। ਬਹੁਤ ਬਹੁਤ ਧੰਨਵਾਦ ਵੀਰੇ, ਬਹੁਤ ਬਹੁਤ ਧੰਨਵਾਦ। ਤਾਂ ਵੀਰੇ ਜਿਵੇਂ ਪਹਿਲੀ ਫਿਲਮ ਆ, ਗੀਤਾਂ ਤੋਂ ਬਾਅਦ ਸਿੱਧਾ ਫਿਲਮਾਂ ਦੇ ਵਿੱਚ ਐਂਟਰੀ ਕਰ ਰਹੇ ਹੋ, ਕਿਵੇਂ ਦਾ ਐਕਸਪੀਰੀਅੰਸ ਰਿਹਾ ਵਾ ਜਾਂ ਕਿਵੇਂ ਦਾ ਹੁਣ ਫੀਲ ਹੋ ਰਿਹਾ? ਬਹੁਤ ਵਧੀਆ ਲੱਗ ਰਿਹਾ ਵੀਰੇ, ਹੈ ਨਾ। ਸਾਡੀ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ, ਔਰ ਗਾਣਿਆਂ ਤੋਂ ਬਾਅਦ ਫਿਲਮ ਕਰਨੀ ਮੁਸ਼ਕਿਲ ਹੈ, ਕਿਉਂਕਿ ਐਕਟਿੰਗ ਬਹੁਤ ਕੰਮ ਮੇਰੇ ਲਈ, ਤਾਂ ਮੇਰੇ ਵਰਗੇ ਮੁੰਡੇ ਲਈ ਬਹੁਤ ਮੁਸ਼ਕਿਲ ਕੰਮ ਆ, ਹੈ ਨਾ। ਪਰ ਜਦੋਂ ਚੰਗੀ ਟੀਮ ਤੁਹਾਡੇ ਨਾਲ ਮਿਲਦੀ ਆ, ਸਾਥ ਦਿੰਦੀ ਆ, ਤਾਂ ਉਹ ਕੰਮ ਮੁਸ਼ਕਿਲ ਕੰਮ ਹਲਕਾ ਸੌਖਾ ਹੋ ਜਾਂਦਾ। ਪਰ ਐਂ ਵੀ ਜੇ ਕਹੋਗੇ ਵੀ ਐਕਟਿੰਗ ਸੌਖੀ ਆ, ਨਹੀਂ ਹੈਗੀ, ਪਰ ਐਕਸਾਈਟਡ ਆ ਬਹੁਤ ਜ਼ਿਆਦਾ। ਸੌਖੀ ਤਾਂ ਬਿਲਕੁਲ ਵੀਰੇ ਕੋਈ ਵੀ ਚੀਜ਼ ਨਹੀਂ ਹੁੰਦੀ, ਪਰ ਇੱਕ ਚੀਜ਼ ਆ ਕਿ ਜਿਵੇਂ ਅਸੀਂ ਗਾਣਿਆਂ ਦੇ ਵਿੱਚ ਤੁਹਾਡੀ ਮਾਡਲਿੰਗ ਦੇਖਿਆ ਨਾ, ਤਾਂ ਗੀਤਾਂ ਦੇ ਵਿੱਚ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਬੰਦਾ ਯਾਰ ਕਰ ਸਕਦਾ ਕੰਮ। ਤਾਂ ਮੈਮ ਤੁਸੀਂ ਇਸ ਫਿਲਮ ਦੇ ਨਾਲ ਜੁੜੇ ਹੋ, ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਜੀ? ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਅਸੀਂ ਸਾਰੇ ਯੂ ਨੋ ਫਿਲਮ 'ਚ ਫਰੈਸ਼ ਫੇਸਿਸ ਹਾਂ, ਆਈ ਮੀਨ ਤਨੂ ਨੇ ਕੰਮ ਕੀਤਾ ਹੋਇਆ ਪਹਿਲਾਂ, ਪਰ ਐਜ਼ ਅ ਟੀਮ ਫਿਲਮ ਮੇਕਿੰਗ ਟੀਮ ਅਸੀਂ ਸਾਰਿਆਂ ਨੇ ਇਕੱਠੇ ਨੇ ਪਹਿਲੀ ਵਾਰ ਕੰਮ ਕੀਤਾ, ਸੋ ਬਹੁਤ ਬਹੁਤ ਵਧੀਆ ਲੱਗਿਆ। ਯੂ ਨੋ ਤੁਹਾਨੂੰ ਸਾਰਿਆਂ ਨੂੰ ਨਵਾਂ ਕੋਨਸੈਪਟ, ਨਵੀਂ ਲੋਕੇਸ਼ਨਸ, ਨਵੀਂ ਟੀਮ ਦੇ ਮੂਵੀ ਦੇਖਣ ਦਾ ਮੌਕਾ ਮਿਲੂਗਾ, ਅਤੇ ਕੋਨਸੈਪਟ ਬਹੁਤ ਡਿਫਰੈਂਟ ਆ ਸਾਰਿਆਂ ਦੇ ਲਈ, ਯੰਗਸਟਰਸ ਲਈ, ਫੈਮਲੀਜ਼ ਲਈ, ਇਮੋਸ਼ਨਸ ਨੇ, ਫਨ ਆ ਉਹਦੇ ਵਿੱਚ, ਸਾਰਾ ਮਸਾਲਾ ਇੱਕ ਫਿਲਮ 'ਚ ਇਕੱਠਾ। ਮੈਮ ਗੀਤਾਂ ਦੇ ਵਿੱਚ ਅਸੀਂ ਤੁਹਾਨੂੰ ਅਕਸਰ ਦੇਖਦੇ ਸੀ, ਫਿਲਮ ਆਈਆਂ, ਫਿਲਮਾਂ ਦੇ ਵਿੱਚ ਵੱਖੋ ਵੱਖਰੇ ਰੋਲ ਤੁਹਾਡੇ ਦੇਖਣ ਨੂੰ ਮਿਲੇ, ਪਰ ਇਸ ਵਾਰ ਜਿਹੜਾ ਮੈਂ ਟ੍ਰੇਲਰ ਦੇਖ ਕੇ ਆਇਆ ਨਾ, ਉਹਦੇ ਵਿੱਚ ਇੱਕ ਵੱਖਰਾ ਜਿਹਾ ਰੂਪ ਦੇਖਣ ਨੂੰ ਮਿਲਿਆ ਤੁਹਾਡਾ, ਕਿ ਕਿਸ ਤਰੀਕੇ ਨਾਲ ਤੁਸੀਂ ਕੁੱਟ ਕਟਾਪਾ ਜਿਹਾ ਕਰ ਰਹੇ ਹੋ, ਤਾਂ ਇਹ ਕਿਵੇਂ ਦਾ ਰੋਲ ਰਹੇਗਾ ਫਿਲਮ ਦੇ ਵਿੱਚ, ਔਰ ਕੀ ਪ੍ਰੋਪਰ ਜਿਹੜੀ ਇਸ ਫਿਲਮ ਨੂੰ ਲੈ ਕੇ ਤੁਹਾਡਾ ਐਕਸਪੀਰੀਅੰਸ ਆ ਜਿਹੜਾ ਉਹ ਰਿਹਾ? ਹਾਂਜੀ, ਐਕਸਪੀਰੀਅੰਸ ਬਹੁਤ ਵਧੀਆ ਰਿਹਾ ਰਾਵੀ ਦਾ ਕੈਰੇਕਟਰ ਪਲੇ ਕਰਕੇ, ਇੱਕ ਡਿਫਰੈਂਟ ਕੈਰੇਕਟਰ ਸੀਗਾ ਮੇਰੇ ਲਈ, ਮੇਰੇ ਰੀਅਲ ਪਰਸਨੈਲਿਟੀ ਨਾਲੋਂ ਕਾਫੀ ਡਿਫਰੈਂਟ ਆ। ਨਾਲੇ ਅੱਗੇ ਮੈਂ 2 ਜਿਹੜੀਆਂ ਫਿਲਮਾਂ ਕੀਤੀਆਂ ਸੀਗੀਆਂ ਉਹਦੇ ਵਿੱਚ ਮੇਰਾ ਟ੍ਰੈਡੀਸ਼ਨਲ ਰੋਲ ਸੀਗਾ, ਸੋ ਮੈਂ ਚਾਹੁੰਦੀ ਸੀ ਕੁਛ ਨਵਾਂ, ਕੁਛ ਡਿਫਰੈਂਟ ਜਿਹਾ ਮੇਰੇ ਵੱਲ ਨੂੰ ਆਵੇ, ਅਤੇ ਰਾਵੀ ਦਾ ਕੈਰੇਕਟਰ ਮੈਨੂੰ ਆਫਰ ਹੋਇਆ ਅਤੇ ਮੈਂ ਬਹੁਤ ਖੁਸ਼ ਹਾਂ, ਬਹੁਤ ਗ੍ਰੇਟਫੁਲ ਹਾਂ ਕਿ ਮੈਨੂੰ ਪਲੇ ਕਰਨ ਦਾ ਮੌਕਾ ਮਿਲਿਆ, ਅਤੇ ਇੱਕ ਨਵਾਂ ਕੈਰੇਕਟਰ ਆਪਣੀ, ਸਾਰੇ ਨਵੇਂ ਕੈਰੇਕਟਰ ਨੇ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਇੰਟਰੋਡਿਊਸ ਹੋਏ, ਅਤੇ ਇੱਕ ਚੇਂਜ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ, ਇਹ ਬਹੁਤ ਵਧੀਆ ਗੱਲ ਹੈ। ਤਾਂ ਵੀਰੇ ਇੱਕ ਚੀਜ਼ ਤੁਹਾਡੇ ਤੋਂ ਮੈਂ ਹੋਰ ਪੁੱਛਣੀ ਚਾਹੁੰਦਾ ਫਿਲਮ ਨੂੰ ਲੈ ਕੇ, ਕਿ ਜਿਹੜੀ ਇਹ ਫਿਲਮ ਆ ਲੋਕਾਂ ਦੇ ਲਈ, ਇਸ ਫਿਲਮ ਦੇ ਵਿੱਚ ਕੀ ਖਾਸ ਰਹਿਣ ਵਾਲਾ, ਲੋਕ ਇਸ ਫਿਲਮ ਨੂੰ ਕਿਉਂ ਦੇਖਣ ਲਈ ਜਾਣ? ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਗੱਲ ਕਹੂੰਗਾ, ਤੁਸੀਂ ਬੋਲਦੇ ਬਹੁਤ ਸੋਹਣਾ ਬਾਈ, ਹੈ ਨਾ, ਬਹੁਤ ਵਧੀਆ ਪੋਜ਼ਿਟਿਵ, ਹੈ ਨਾ, ਮੈਨੂੰ ਵਧੀਆ ਲੱਗ ਰਿਹਾ ਗੱਲ ਕਰਨਾ ਤੁਹਾਡੇ ਨਾਲ। ਦੂਜੀ ਗੱਲ, ਇਸ ਫਿਲਮ ਦੇ ਵਿੱਚ ਮੈਂ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹ ਕਹੂੰਗਾ ਪੂਰੇ ਵਿਸ਼ਵਾਸ ਨਾਲ ਕਿ ਲੋਕਾਂ ਨੂੰ ਨਾ, ਤੁਸੀਂ ਆਪਦੇ ਪਰਿਵਾਰ ਦੇ ਹਰ ਜੀਅ ਨਾਲ ਕਿਸੇ ਵੀ ਜੀ ਨਾਲ ਫਿਲਮ ਦੇਖ ਸਕਦੇ ਹੋ, ਚਾਹੇ ਤੁਸੀਂ ਦਾਦੀ ਨੂੰ ਲੈ ਜਾਓ, ਚਾਹੇ ਤੁਸੀਂ ਮੰਮੀ ਡੈਡੀ ਨੂੰ ਲੈ ਜਾਓ, ਚਾਹੇ ਦੀ ਭੈਣ ਨੂੰ ਲੈ ਕੇ ਜਾਓ, ਔਰ ਕੋਈ ਵੀ ਇੱਦਾਂ ਦਾ ਡਾਇਲੋਗ ਅਸੀਂ ਨਹੀਂ ਰੱਖਿਆ ਜੋ ਅਸੀਂ ਪਰਿਵਾਰ ਸਾਹਮਣੇ ਨਹੀਂ ਕਰ ਸਕਦੇ, ਪਰ ਫਿਲਮ ਓਨੀ ਹੀ ਐਂਟਰਟੇਨਿੰਗ ਹੋਊਗੀ, ਓਨੀ ਹਾਸੀਆਂ ਕੱਢੀਆਂ ਨੇਗੀਆਂ, ਔਰ ਤੁਹਾਨੂੰ ਰਿਸ਼ਤਿਆਂ ਦੀ ਅਹਿਮੀਅਤ ਵੀ ਪਤਾ ਲੱਗਣੀ ਹੈ, ਬੱਚਿਆਂ ਅਤੇ ਆਪਦੇ ਜਿਹੜੇ ਪੇਰੈਂਟਸ ਹੁੰਦੇ ਆ ਉਹਨਾਂ 'ਚ ਕਈ ਵਾਰ ਕੁਛ ਚੀਜ਼ਾਂ ਹੋ ਜਾਂਦੀਆਂ ਨੇ, ਸਾਡੇ ਪੇਰੈਂਟਸ ਸਾਡੇ ਨਾਲ, ਕਿਉਂਕਿ ਉਹਨਾਂ ਨੂੰ ਉਹਨਾਂ 'ਤੇ ਆਪਦੀਆਂ ਮਜਬੂਰੀਆਂ ਹੁੰਦੀਆਂ ਨੇ, ਸੋ ਸਾਨੂੰ ਕੁਛ ਜ਼ਿੰਦਗੀ ਦੇ ਫੈਸਲੇ ਲੈਣੇ ਪੈਂਦੇ ਆ, ਪਰ ਸਾਡੀ ਜ਼ਿੰਦਗੀ 'ਤੇ ਕਈ ਵਾਰ ਬਹੁਤ ਅਸਰ ਕਰ ਜਾਂਦੇ ਆ, ਪੇਰੈਂਟਸ ਨੂੰ ਸਮਝ ਆਉਂਦਾ ਪਰ ਥੋੜ੍ਹਾ ਦੇਰ ਨਾਲ ਆਉਂਦਾ, ਸੋ ਇਹ ਉਸੇ ਕਹਾਣੀ 'ਤੇ ਉਸ ਲਾਈਨ 'ਤੇ ਪਰ ਸਟੋਰੀ ਇਹ ਸਾਡੀ ਘੁੰਮਦੀ ਹੈ, ਔਰ ਫਿਲਮ ਦੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਹਾਸੀਆਂ ਕੱਢੀਆਂ ਪੂਰੀਆਂ ਨੇਗੀਆਂ, ਤੁਸੀਂ ਹੱਸੋਗੇ,
और तुहानू चंगी लगनी साडी फिल्म परिवार कहने दा भाव है सारा कुछ फिल्म दे विच देखण नू मिलेगा। तो एक चीज़ जिहड़ा तुसीं मैसेज जिवें जिक्र कीता कि प्रैशर दे विच आके कई बार बच्चे जिहड़े उह मापिआं दे कहण दे उत्ते कोई रस्ता चुणता लैंदे आ पर सक्सैस उहदे ते नहीं मिलदी उहनां नू, इह चीज़ हो सकदी। हाँ, क्योंकि पेरेंट्स दे भी चलो कई बार कोई होर प्रैशर हुंदा उहनां नू करना पैंदा कई बार, है ना, भी उह चाहे उहनां नू आपदी सड़ क्योंकि अपने परिवार च वड्डे परिवार ने, है ना, अपने पंजाब च, सो कई बार उन्होंने डिसीजन लेने पैंदे आ पर वो बच्चियां जिंदगी ते कई बार वो सही नहीं जाते फैसले, सो वो उस कहानी ते आधारित फिल्म है जी। तो मैम इस फिल्म दे विच तुहाडा जिहड़ा किरदार आ वो किस तरीके का रहने वाला, लोगों उस किरदार दे विच की खास मिलेगा? सो मेरा कैरेक्टर सूजन है फिल्म दे विच, मैं रावी दी बेस्ट फ्रेंड हाँ, एंड अगेन वो बहुत वैस्टर्न कुड़ी आ, फन यू नो मौज मस्ती करने वाली, पर उहदा कैरेक्टर भी रावी दे कैरेक्टर दे नाल नाल इवॉल्व हुंदा, एंड वो किद्दां उहनूं सपोर्ट करदी आ जदों उहदी लाइफ चो चेंजेस आउंदे आ, ते वी उहनूं ਕਿਹੜਾ ਰਸਤਾ ਚੂਜ਼ ਕਰਨਾ ਚਾਹੀਦਾ ਉਹਦੇ 'ਚ ਉਹ ਹੈਲਪ ਕਰਦੀ ਆ। ਕਹਿਣ ਦਾ ਭਾਵ ਹੈ ਦੋਸਤੀ ਵਾਲੀ ਜਿਹੜੀ ਚੀਜ਼ ਆ ਉਹ ਦੇਖਣ ਨੂੰ ਮਿਲੇਗੀ। ਆਫਕੋਰਸ ਹਾਂਜੀ। ਤਾਂ ਮੈਮ ਤੁਹਾਡੇ ਕਰੈਕਟਰ ਦੇ ਵਿੱਚ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਕੁੱਟ ਕਟਾਪਾ ਕਰਦੇ ਦਿਖੇ ਹੋ ਨਾ, ਤਾਂ ਇੱਕ ਕਨੇਡਾ ਦੀ ਜੰਮਪਲ ਕੁੜੀ ਆ ਜਿਹੜੀ ਕਨੇਡਾ ਦੇ ਵਿੱਚ ਜੰਮੀ ਪਲੀ ਆ, ਉਹਦੇ ਲਈ ਇਹ ਚੀਜ਼ਾਂ ਕਿੰਨੀਆਂ ਕੁ ਔਖੀਆਂ ਰਹੀਆਂ ਨੇ? ਆਈ ਮੀਨ ਜਿੱਦਾਂ ਕਿ ਪ੍ਰੀਤ ਨੇ ਦੱਸਿਆ ਵੀ ਸਾਡੇ ਜਿਹੜੀ ਮੂਵੀ ਦੇ ਵਿੱਚ ਆਪਾਂ ਦਿਖਾਉਂਦੇ ਹਾਂ ਵੀ ਯੰਗ ਬੱਚੇ ਕਿੱਦਾਂ ਕਿਵੇਂ ਉਹਨਾਂ ਦੀ ਲਾਈਫ ਹੁੰਦੀ ਹੈ, ਸੋ ਬਹੁਤ ਰਿਲੇਟ ਕਰਦੀ ਹੈ ਜਿਹੜੀ ਅਸੀਂ ਮੌਜ ਮਸਤੀ ਕੀਤੀ ਆ ਫਿਲਮ ਦੇ ਵਿੱਚ, ਸੋ ਰੀਅਲ ਲਾਈਫ ਦੇ ਨਾਲ ਜਿੱਦਾਂ ਅਸੀਂ ਗਰੋ ਅਪ ਹੋਏ ਹਾਂ ਬਹੁਤ ਰਿਲੇਟ ਕਰਦੀ ਹੈ। ਅਤੇ ਜਿਹੜੀ ਕੁੱਟ ਕਟਾਪਾ ਮੈਂ ਰੀਅਲ ਲਾਈਫ ਦੇ ਵਿੱਚ ਤਾਂ ਕੀਤਾ ਨਹੀਂ, ਪਰ ਮੈਂ ਦੇਖਿਆ ਹੋਇਆ ਅੱਖਾਂ ਦੇ ਸਾਹਮਣੇ ਹੁੰਦਾ ਅਤੇ ਪਲੇ ਕਰਕੇ ਐਕਸਪੀਰੀਅੰਸ ਕਰ ਲਿਆ ਕੈਰੇਕਟਰ ਥਰੂ, ਆਪਾਂ ਬਹੁਤ ਚੀਜ਼ਾਂ ਐਕਸਪੀਰੀਅੰਸ ਕਰ ਲੈਂਦੇ ਹਾਂ ਜਿਹੜੀ ਆਪਾਂ ਅਸਲ ਲਾਈਫ 'ਚ ਨਹੀਂ ਕੀਤੀਆਂ ਹੁੰਦੀਆਂ। ਕਹਿਣ ਦਾ ਭਾਵ ਹੈ ਕਿ ਜਿਹੜਾ ਡਾਇਲੋਗ ਬੋਲਿਆ ਸੀਗਾ ਕਿ ਕੁੱਟਣ ਦਾ ਇੱਕ ਨਾ ਤੁਸੀਂ ਵੀਰੇ ਨੂੰ ਕਹਿੰਦੇ ਹੋ ਜਿਵੇਂ ਕਿ ਮੈਂ ਮੁੰਡਾ ਹੁੰਦੀ ਮੈਂ ਕੁੱਟਦੀ ਮੁੰਡਿਆਂ ਨੂੰ ਨਾ, ਤਾਂ ਉਹ ਚੀਜ਼ ਹੈ ਕਿ ਅਸਲ ਲਾਈਫ ਦੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ? ਨਹੀਂ 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 ਹੈਗੀਆਂ। ਤਾਂ ਮੈਮ ਇੱਕ ਚੀਜ਼ ਹੋਰ ਹੈ, ਜਿਵੇਂ ਤੁਸੀਂ ਕਰਨ ਔਜਲੇ ਵੀਰੇ ਨਾਲ ਵੀ ਕੰਮ ਕੀਤਾ ਹੈ ਜੀ, ਤਾਂ ਉਹ ਐਕਸਪੀਰੀਅੰਸ ਮੈਂ ਇੱਥੇ ਜ਼ਰੂਰ ਜਾਣਨਾ ਚਾਹੂੰਗਾ ਕਿ ਵੀਰੇ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ, ਕਿਉਂਕਿ ਇੱਕ ਵੱਡਾ ਸਟਾਰ ਹੈ ਵੀਰਾ, ਇੱਕ ਵੱਡਾ ਨਾਮ। ਬਿਲਕੁਲ ਨਹੀਂ, ਕਰਨ ਨਾਲ ਕੰਮ ਕਰਕੇ ਓਨੈਸਟਲੀ ਮੇਰੇ ਲਈ ਲਾਈਫ ਚੇਂਜਿੰਗ ਸੀਗਾ। ਮੈਨੂੰ ਲੱਗਦਾ ਮੇਰੀ ਜੇ ਸ਼ੁਰੂਆਤ ਕਰਨ ਔਜਲਾ ਦੇ ਨਾਲ ਨਾ ਹੁੰਦੀ, ਸਾਡਾ ਗਾਣਾ ਰਿਮ ਵਰਸਸ ਜਾਂਦਾ ਨਾ ਹਿੱਟ ਹੁੰਦਾ, ਸ਼ਾਇਦ ਮੈਂ ਇੱਥੇ ਨਾ ਬੈਠੀ ਹੁੰਦੀ। ਸੋ ਕਰਨ ਨਾਲ ਜਦੋਂ ਵੀ ਮੈਂ ਕੋਈ ਪ੍ਰੋਜੈਕਟ ਕਰਦੀ ਹਾਂ ਉਹ ਹਮੇਸ਼ਾ ਮੇਰੇ ਲਈ ਮੈਨੂੰ ਗਰੋ ਕਰਦਾ ਐਜ਼ ਐਨ ਆਰਟਿਸਟ, ਸੋ ਮੈਂ ਹਮੇਸ਼ਾ ਉਹਨਾਂ ਨਾਲ ਕੰਮ ਕਰੂੰਗੀ, ਕਦੇ ਵੀ ਆਈ ਥਿੰਕ ਆਲਵੇਜ਼ ਜਦੋਂ ਨਾਲ ਕੰਮ ਕਰੂੰਗੀ ਤਾਂ ਮੈਂ ਗਰੋ ਹੀ ਕਰਦੀ ਹਾਂ। ਸੋ ਬਹੁਤ ਵਧੀਆ ਲੱਗਦਾ, ਉਹਨਾਂ ਦਾ ਸੁਭਾਅ ਵੀ ਬਹੁਤ ਬਹੁਤ ਵਧੀਆ ਆ, ਆਈ ਲੁੱਕ ਅਪ ਟੂ ਹਿਮ ਐਜ਼ ਅ ਪਰਸਨ, ਸਾਰਿਆਂ ਦੀ ਰਿਸਪੈਕਟ ਕਰਦੇ ਨੇ, ਸਾਰਿਆਂ ਨੂੰ ਇਕੁਅਲ ਸਮਝਦੇ ਨੇ, ਉਹਨਾਂ ਵਰਗਾ ਆਈ ਥਿੰਕ ਕੋਈ ਨਹੀਂ ਹੈਗਾ। ਯਾ ਅੱਛਾ ਵੀਰੇ, ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ, ਜਿਵੇਂ ਤੁਹਾਡੀ ਪਹਿਲੀ ਫਿਲਮ ਹੈ, ਹਮੇਸ਼ਾ ਜਦੋਂ ਵੀ ਆਪਾਂ ਕੋਈ ਕੰਮ ਸ਼ੁਰੂ ਕਰਨ ਲੱਗਦੇ ਹਾਂ ਤਾਂ ਉਸ ਟਾਈਮ 'ਤੇ ਬੜੇ ਸਵਾਲ ਹੁੰਦੇ ਆ ਕਿ ਯਾਰ ਇਹ ਕੰਮ ਸ਼ੁਰੂ ਕਰਨ ਲੱਗਿਆ, ਨਵੀਂ ਚੀਜ਼ ਕਰਨ ਲੱਗਿਆ, ਤਾਂ ਕਿਹੜਾ ਅੱਗੇ ਆਉਣ ਵਾਲਾ ਜਿਹੜਾ ਇੱਕ ਆਪਾਂ ਨੂੰ ਰਿਜ਼ਲਟ ਆ ਉਹ ਕਿਵੇਂ ਦਾ ਮਿਲੇਗਾ? ਤਾਂ ਤੁਸੀਂ ਇਹ ਫਿਲਮ ਚੁਣੀ ਜਦੋਂ, ਜਾਂ ਤੁਹਾਨੂੰ ਇਹ ਔਫਰ ਹੋਈ ਫਿਲਮ, ਉਸ ਟਾਈਮ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ? ਫਿਲਮ ਚੁਣਨ ਦੇ ਸਮੇਂ ਕੀ ਚੀਜ਼ ਚੱਲ ਰਹੀ ਸੀ ਦਿਮਾਗ 'ਚ ਕਿ ਹਾਂ ਇਹ ਚੀਜ਼ ਕਿਉਂ ਕਰਨੀ ਚਾਹੀਦੀ ਹੈ? ਬਾਈ ਦੇਖੋ, ਹਰ ਬੰਦਾ ਚਾਹੁੰਦਾ ਕਿ ਜ਼ਿੰਦਗੀ 'ਚ ਅੱਗੇ ਵਧੇ, ਕੁਛ ਨਾ ਕੁਛ ਨਵਾਂ ਟਰਾਈ ਕਰੇ, ਹੈ ਨਾ, ਵਧੀਆ ਕਰੇ ਆਡੀਅੰਸ ਲਈ। ਔਰ ਮੈਨੂੰ ਲੱਗਦਾ ਪਹਿਲਾਂ ਤਾਂ ਬੰਦੇ ਨੂੰ ਆਪ ਪ੍ਰਿਪੇਅਰ ਹੋਣਾ ਪੈਂਦਾ ਵੀ ਹਾਂ ਹੁਣ ਆਪਾਂ ਕਰ ਲਾਂਗੇ ਯਾਰ, ਕੋਈ ਚੱਕਰ ਨਹੀਂ ਹੈਗਾ, ਹੈ ਨਾ, ਚਾਹੇ ਜਿੰਨੀ ਮਰਜ਼ੀ ਮਿਹਨਤ ਕਰਨੀ ਪਵੇ ਆਪਾਂ ਕਰਾਂਗੇ। ਮੈਨੂੰ ਲੱਗਦਾ ਜੀ ਅੱਜ ਤੋਂ ਵੀ ਮੈਂ ਕਹਾਂ, ਮੈਨੂੰ ਪਹਿਲਾਂ ਵੀ ਫਿਲਮਾਂ ਜਾਂ ਵੈਬ ਸੀਰੀਜ਼ ਮੈਨੂੰ ਆਈਆਂ, ਮੈਨੂੰ ਲੱਗਦਾ ਉਦੋਂ ਮੈਂ ਮੈਂਟਲੀ ਪ੍ਰਿਪੇਅਰ ਹੀ ਨਹੀਂ ਸੀ ਵੀ ਨਹੀਂ ਨਹੀਂ ਆਪਾਂ ਗਾਣੇ ਠੀਕ ਆ ਆਪਣੇ ਲਈ, ਹੈ ਨਾ, ਮੁੜ ਕੇ ਜੇ ਸਹੀ ਨਾ ਹੋਈ ਤਾਂ ਐਂ ਨਾ ਹੋਵੇ ਗਾਣੇ ਤੋਂ ਵੀ ਜਾਈਏ ਆਪਾਂ, ਹੈ ਨਾ, ਵੀ ਇਹ ਤਾਂ ਵੀ ਇਹਨਾਂ ਕਿਹੋ ਜਿਹਾ ਪ੍ਰੋਜੈਕਟ ਕਰ ਲਿਆ ਕਿ ਆਡੀਅੰਸ ਤੋਂ, ਕਿਉਂਕਿ ਮੇਰੇ ਤਾਂ ਗਾਣੇ ਸਾਰੇ ਪਿਆਰ 'ਚ ਤੇ ਆਧਾਰਿਤ ਹੁੰਦੇ ਆ ਸਾਰੇ, ਹੈ ਨਾ, ਚਾਹੇ ਉਹ ਕੋਈ ਇੱਦਾਂ ਦਾ ਗਾਣਾ ਨਹੀਂ ਹੁੰਦਾ ਵੀ ਜਿਹੜਾ ਅਸੀਂ ਪਰਿਵਾਰ 'ਚ ਨਾ ਸੁਣ ਸਕੀਏ, ਉਹ ਕਿਤੇ ਆਡੀਅੰਸ ਨੂੰ ਮੇਰੇ ਮਾਇੰਡ 'ਚ ਹੀ ਆ ਇੱਦਾਂ ਦੀ ਕੋਈ ਚੀਜ਼ ਨਾ ਕਰ ਲਾਂ ਵੀ ਉਹ ਕਹਿਣ ਵੀ ਆਹ ਕੀ ਕਰੀ ਜਾਂਦਾ ਕਿਹੜੇ ਕਵੀ ਪੈ ਗਿਆ, ਹੈ ਨਾ। ਸੋ ਪਹਿਲਾਂ ਤਾਂ ਮਾਇੰਡ ਪ੍ਰਿਪੇਅਰ ਹੋਇਆ ਕਿ ਨਹੀਂ ਆਪਾਂ ਹੁਣ ਕਰ ਸਕਦੇ, ਕਰਨਾ। ਫਿਰ ਜਦੋਂ ਮੈਨੂੰ ਸੁਖਵੀਰ ਨੇ ਫਿਲਮ ਔਫਰ ਕੀਤੀ ਔਰ ਮੈਂ ਤਾਂ ਉਹਨਾਂ ਨਾਲ ਵੀਡੀਓ ਸ਼ੂਟ ਕਰਨਾ ਸੀਗਾ, ਰੱਬ ਨੇ ਸਬੱਬ ਇੱਦਾਂ ਦਾ ਬਣਾਇਆ ਕਿ ਮੈਂ ਉਹਨਾਂ ਨਾਲ ਫਿਲਮ ਮੈਨੂੰ ਮਿਲ ਗਈ, ਹੈ ਨਾ, ਕਿਉਂਕਿ ਉਹਨਾਂ ਦੀ ਮੈਨੂੰ ਲੱਗਦਾ ਨਹੀਂ ਅੱਜ ਤੱਕ ਕੋਈ ਮਾੜਾ ਵੀਡੀਓ ਜਾਂ, ਹੈ ਨਾ, ਪਹਿਲਾਂ ਫਿਲਮ ਵੀ ਕੀਤੀ ਲਾਈਏ ਯਾਰੀਆਂ ਉਹਨਾਂ ਨੇ ਡਾਇਰੈਕਟ ਕੀਤੀ ਆ, ਉਹ ਵੀ ਫਿਲਮ ਬਹੁਤ ਵਧੀਆ ਸੀਗੀ। ਅਤੇ ਮੈਂ ਤਾਂ ਰੱਬ ਦਾ ਸ਼ੁਕਰਗੁਜ਼ਾਰ ਹੀ ਅਦਾ ਕਰਦਾ ਕਿ ਮੈਨੂੰ ਇੰਨੀ ਵਧੀਆ ਟੀਮ ਨਾਲ ਮੌਕਾ ਮਿਲਿਆ, ਮੇਰੀ ਸ਼ੁਰੂਆਤ ਇੰਨੀ ਵਧੀਆ ਟੀਮ ਨਾਲ ਹੋ ਰਹੀ ਹੈ। ਅਤੇ ਜੇ ਸਾਡੀ ਟੀਮ ਨੂੰ ਤੁਸੀਂ ਪਿਆਰ ਦਿਓਗੇ ਅਤੇ ਅਸੀਂ ਅੱਗੇ ਵੀ ਬਹੁਤ ਸੋਹਣੇ ਸੋਹਣੇ ਪ੍ਰੋਜੈਕਟ ਲੈ ਕੇ ਆਉਂਦੇ ਰਹਾਂਗੇ, 100% ਗਰੰਟੀ ਨਾਲ। ਕਹਿਣ ਦਾ ਭਾਵ ਹੈ ਕਿ ਆਉਣ ਵਾਲੇ ਟਾਈਮ 'ਚ ਜਿਵੇਂ ਤੁਹਾਡੇ ਗਾਣੇ ਜਿਹੜੇ ਸਾਨੂੰ ਸੁਣਨ ਨੂੰ ਮਿਲੇ ਨੇ, ਜਿਵੇਂ ਤੁਸੀਂ ਖੁਦ ਵੀ ਜ਼ਿਕਰ ਕੀਤਾ ਕਿ ਪਰਿਵਾਰਕ ਚੀਜ਼ ਹੈ ਨਾ, ਤਾਂ ਪਰਿਵਾਰਕ ਹਮੇਸ਼ਾ ਗੀਤ ਵੀ ਤੁਹਾਡੇ ਰਹੇ ਨੇ ਔਰ ਬੜੇ ਚੰਗੇ ਗੀਤ ਹੁੰਦੇ ਰਹੇ ਨੇ। ਤਾਂ ਮੈਮ ਇੱਕ ਚੀਜ਼ ਹੋਰ ਹੈ ਕਿ ਜਿਵੇਂ ਵੀਰੇ ਨੇ ਜ਼ਿਕਰ ਕੀਤਾ ਕਿ ਆਉਣ ਵਾਲੇ ਟਾਈਮ 'ਚ ਹੋਰ ਇੱਦਾਂ ਦੇ ਪ੍ਰੋਜੈਕਟ ਆ ਜਿਹੜੇ ਮਿਲਦੇ ਰਹਿਣਗੇ, ਤਾਂ ਤੁਹਾਡਾ ਜਿਹੜਾ ਜਿਵੇਂ ਮੈਂ ਕਿਰਦਾਰ ਦਾ ਜ਼ਿਕਰ ਕੀਤਾ, ਤੁਸੀਂ ਦੱਸਿਆ ਕਿ ਫਰੈਂਡ ਬਣੇ ਮੈਮ ਦੇ, ਹੈ ਨਾ, ਇੱਕ ਬੜਾ ਵਧੀਆ ਕਿਰਦਾਰ ਆ, ਤਾਂ ਵੱਖਰਾ ਕੀ ਲੱਗਿਆ ਇਸ ਫਿਲਮ ਦੇ ਵਿੱਚ ਕਿ ਜੋ ਤੁਹਾਨੂੰ ਲੱਗਦਾ ਚੀਜ਼ ਲੋਕਾਂ ਦੇ ਨਾਲ ਇਹ ਰਿਲੇਟ ਕਰੇਗੀ ਜਾਂ ਲੋਕਾਂ ਨੂੰ ਇਹ ਚੀਜ਼ ਜ਼ਿਆਦਾ ਪਸੰਦ ਆਏਗੀ, ਇੱਕ ਵੱਖਰੀ ਚੀਜ਼ ਕੀ ਹੈ ਇਸ ਫਿਲਮ?
आई थिंक ये फिल्म दे विच मैं अगे भी किया वा भी मैं हुण जिन्नियां भी पंजाबी फिल्मां देखदी हां मोस्टली इत्थे दे यंगस्टर्स सो मैनूं पता भी पंजाब च की करदे आ बच्चे आई डोंट थिंक पंजाब दे बच्चियां नूं रियली पता वा भी कैनेडा या इंग्लैंड या ऑस्ट्रेलिया च जवाक जिहड़े उत्थे दे जंपल आ उहनां दी लाइफ किद्दां उह किद्दां दी मौज मस्ती करदे आ मैं जिहड़ियां फिल्म च फन चीज़ां होईआं मैं सारियां कीतियां होईआं ने है ना हाई स्कूल दे विच फ्रेंड्स दे नाल सो उह चीज़ तुहानूं देखण नूं मिलेगी ते ऑब्वियसली कुट्टे ने कुड़ियां कुड़ियां कुट्टियां बहुत मौज मस्ती वाली चीजा ने फिल्म मैं एक्सपीरियंस की हुई सो आई थिंक मैनू तो इदा लगे भी इट वो बी अ गुड वे भी पंजाब के बच्चों नू भी पता लगू भी असं की करते हैं बाहर है ना तो फैमिलीज के लिए बहुत गुड मैसेज आ पेरेंट्स के बच्चों कि रिलेशनशिप रखनी चाहिए एक दूजे के नाल कि बच्चे कंफर्टेबल फील कर पेरेंट्स कंफर्टेबल फील कर एंड ऑलसो अपनी सोसायटी स्पैशली पंजाब इदा भी लाइक दूसरा बंदा की सोचता है ना सो ऑफ्टन टाइम्स पेरेंट्स अपने बच्चों तो उदा दिया चीज़ा मंगते हैं जस्ट बिकॉज उन्होंने प्रैशर हों भी थोड़े तीसरा पिंड या फैमिली भी कोई की कहूगा है ना सो उन्होंने प्रैशर के थले पेरेंट्स अपने बच्चों तो कोई चीज़ा करा लेंगे या कह देंगे या प्रैशर पा देंगे सो थोनों ये भी देखने मिलेगा कि मे बी अपनी एज अ सोसायटी जस्ट फोकस ऑन योर ओन फैमिली है ना भी थोड़े लिए की गुड है रैदर दैन भी थोड़े चाचे ताए मासियाँ या पिंड वाले की कहेंदे ते की थोनू यू नो करन लई कह रहे सो आई थिंक दैट वुड बी अ वेरी डिफरेंट चीज देखो सिंपल शब्दों से कहां तो जेड़ा ए ओही रोग है की कहन एक आप कह देने कि ओ रोग की कहनगे लोक वाली ओ चीज हो जांदी है कि लोकां दे बारे में सोचते कुछ तो लोग कहेंगे लोगों का काम है कहना ओही गल है ये कुछ तो लोग सो फिल्म च सारा कुछ रियलिटी दे नाल रिलेटेड आ एवरीबॉडी इहदे नाल रिलेट कर सकणगे ते कुछ ना कुछ सीख के जाणगे फिल्म चो तो मैम एक चीज़ मैं थोड़े तो पूछनी चाहता जिमें मैम ने जिक्र किया कि जेडे अपने स्टूडेंट ने विदेशों के जाते हैं जो बच्चे उत्थे रहेंगे तुम उतों उत्थे जम्मे पले हो तो उस तरीके ज़्यादा समझते हो तो उस चीज़ को लैके की मैसेज होएगा लोगों के लिए ज स्टूडेंट्स के लिए कि इदा का कोई मैसेज है जो खास तौर पर उन्होंने स्टूडेंट्स या बच्चों के लिए हो सकता फिल्म स्टूडेंट्स आई थिंक यही आ भी मैं स्टूडेंट्स तो वधिया करते हैं जो करते हैं अपने आई थिंक मैं उन्होंने लुक अप टू करती हूँ भी वो कनेडा आते हैं जब अब्रॉड जाते हैं तो उत्थे स्टडी करते हैं तो यू नो दो घंटे सौंदे ने शिफ्टा ला के दे पे फॉर देयर स्कूल दे सेंड मनी बैक होम इतने भी जो उन्होंने फैमिली इन स्ट्रोंग नहीं होंगे सो आई लुक अप टू दम उन्होंने हार्डवर्क में मैं लुक अप टू करती हूँ मैं मैसेज दिनी हूँ जो साढ़े बारे बोर्न एंड ब्रॉट अप बच्चे ने कदें भी उन्होंने जज ना करो है ना कदे भी इदा कई बार कह देंगे यू नो चीज़ा होंगे यू जज पीपल बट आई थिंक आपां उन्हां वर्गे बनना चाहिए है ना वो अपने पेरेंट्स इन्ना कुछ कर रहे हैं अपने पेरेंट्स लिए तो वी शुड लुक अप टू दम हाँ जी तो वीरे जाते जाते मैं चाहना एक बार गीत जरूर कोई ना कोई सुना दो जी जिहड़ा भी तुहानू पसंद हो मन्ने आज खोटे सिक्के हाँ कल सोने दे विच टल जाना बेदिल तां बलिए जादू है जादू ने एक दिन चल जाना ए गलियां विच्चों जे मुड़ गए फिर पैर निकदे पिछा कर दे औखी जी कानू हुनी है दिल नहीं देना तां ना कर दे वीरे तो मैम जाते जाते मैं चाहना ना हुण तुसी डायलॉग भी जरूर सुना दो वीरे एक डायलॉग जिहड़ा कोई भी एक तुहानू लगता है लास्ट जाते हैं जी 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 वैसे तो मैं कुड़ियों के चक्करां च पैंदा नहीं पर तू थोड़ी डिफरेंट है वैसे मैं भी मुंडियां दे चक्करां च पैंदी नहीं पर तेरे बारे सोचा जा सकता ता बहुत खूब है जी और उम्मीद करते हैं कि जिस तरीके ना सानू ट्रेलर है जिहड़ा देखण नू मिलिया वा उसे तरीके ना फिल्म देखण नू मिलेगी एक चीज़ का मैं जिक्र इत्थे जरूर करूँगा जिवें वीरे ने दस्या कि फिल्म आ जिहड़ी परिवार के किसी भी मैंबर नाल जाके देख सकदे हो बच्चे तो लैके बजुर्ग तक घर का कोई भी मैंबर इस फिल्म नू जाके देख सकदा तां एक बड़ा वड्डी गल है कि असी जदों भी कोई फिल्म देखण जांदे आ हमेशा मन च सवाल हुंदा कि मैं अपने फादर नू जां मदर नू जां भैण नू नाल लैके जावां जां ना जावां तां इह वड्डी चीज़ वीरे तुसीं क्लीयर कीती आ तां इह उम्मीद करदा जी जिवें ट्रेलर नू प्यार मिल रहे हैं उसी तरीके फिल्म नू भी प्यार मिलेगा 4 अगस्त नू फिल्म रिलीज़ होने जा रही है सिनेमाघरां दे विच वीरे मैसेज एक बार जांदे हां हाँ जी तुसीं जिवें साडे गाणे नू प्यार दिंदे हो साडे पहलां वाले काम नू प्यार दिंदे हो उम्मीद है तुसीं साडी फिल्म नू भी सपोर्ट करोगे सानू तुहाडी हल्लाशेरी दी तुहाडी सपोर्ट दी जरूरत है नवें आ असीं और 4 अगस्त नू आपदे परिवार नाल फिल्म जरूर देखण जाइओ मुंडा साउथ हाल दा जी
वीरे ने अपील की है जी, इस अपील में जरूर मनियो तो फिल्म देखण जरूर जायो और अपना फीडबैक है जो भी जरूर साझा करो और साड़िया गलों बातों के बारे जेकर फीडबैक है कोई वह भी कमेंट बॉक्स में जरूर दस्यो जी। सहयोगी साथी अमनदीप सिंह सुख दुले।